ਧੋਖਾਧੜੀ ਦੇ ਮਾਮਲੇ ਸਿਰਫ ਸਾਡੇ ਦੇਸ਼ਾਂ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਜਾ ਕੇ ਵੀ ਸਾਡੇ ਲੋਕ ਇਹ ਕੰਮ ਕਰਨ ਤੋਂ ਬਾਜ਼ ਨਹੀਂ ਆਉਂਦੇ। ਇੱਕ ਤਾਜ਼ਾ ਮਿਸਾਲ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਿਲੀਅਨ ਡਾਲਰ ਦੇ ਹਿਸਾਬ ਨਾਲ ਲੋਕਾਂ ਦਾ ਪੈਸਾ ਠੱਗ ਲਿਆ ਗਿਆ ਅਤੇ ਵਾਪਸ ਨਹੀਂ ਕੀਤਾ ਜਾ ਰਿਹਾ। ਧੋਖਾਧੜੀ ਦੇ ਪੀੜਿਤ ਅੱਜ ਧੋਖਾ ਕਰਨ ਵਾਲੀ ਕੰਪਨੀ ਇੰਡੋ ਕੈਨੇਡੀਅਨ ਮਨੀ ਐਕਸਚੇਂਜ ਦੇ ਮਾਲਕ ਤਰਲੋਚਨ ਸਿੰਘ ਦੇ ਘਰ ਅੱਗੇ ਇਕੱਠੇ ਹੋਏ। ਇਸ ਮੌਕੇ ਪੀੜਿਤ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਮੁਤਾਬਕ ਲੋਕਾਂ ਦਾ ਕੁੱਲ 3 ਤੋਂ 4 ਮਿਲੀਅਨ ਡਾਲਰ ਲੈ ਰੱਖਿਆ ਹੈ ਜੋ ਕਿ ਵਾਪਸ ਨਹੀਂ ਕੀਤਾ ਜਾ ਰਿਹਾ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ। ਮੇਰਾ ਨਾਮ ਗੁਰਦੇਵ ਸਿੰਘ ਹੈ ਜੀ। ਪਹਿਲਾਂ ਸਾਰਿਆਂ ਨੂੰ ਫਤਿਹ। ਅਤੇ ਮੇਰਾ ਮੇਨ ਮਕਸਦ ਤਾਂ ਇਹ ਹੀ ਆ ਵੀ ਸਾਡੇ ਪੈਸੇ ਅਸੀਂ ਲੈਣ ਆਏ ਹਾਂ ਵੀ ਉਹ ਸਾਨੂੰ ਸਾਡੇ ਦਿੱਤੇ ਜਾਣ, ਪਰ ਅਸੀਂ ਜਿੰਨੀ ਵਾਰੀ ਵੀ ਆਉਂਦੇ ਹਾਂ ਨੌਕ ਕਰਦੇ ਹਾਂ ਅਤੇ ਸਾਨੂੰ ਨਿਰਾਸ਼ ਹੋ ਕੇ ਜਾਣਾ ਪੈਂਦਾ ਵਾਪਸ। ਕਿਹਦਾ ਹੈਗਾ ਇਹ ਘਰ? ਇਹ ਤਰਲੋਚਨ ਸਿੰਘ ਕੰਦੋਲਾ ਦਾ। ਇਹਨਾਂ ਦੇ ਦੋ ਬੇਟੇ ਨੇ, ਪਰਮ ਕੰਦੋਲਾ ਅਤੇ ਜਸ ਕੰਦੋਲਾ। ਕੰਪਨੀ ਦਾ ਨਾਂ ਕੀ ਹੈ ਜੀ ਜਿਹਨਾਂ ਨੇ ਉਹ ਫਰੌਡ ਕੀਤਾ ਹੈਗਾ ਮਨੀ? ਇੰਡੋ ਕੈਨੇਡੀਅਨ ਮਨੀ ਐਕਸਚੇਂਜ ਜੀ। ਤੇ ਤੁਹਾਨੂੰ ਪੱਕਾ ਪਤਾ ਵੀ ਜਿਹੜੀ ਇੰਡੋ ਕੈਨੇਡੀਅਨ ਮਨੀ ਐਕਸਚੇਂਜ ਹੈਗੀ ਆ ਉਹ ਕੰਦੋਲਾ ਹੁਣਾਂ ਦੀ ਹੈ ਜੀ? ਤੁਸੀਂ ਪੈਸੇ ਉਹਨਾਂ ਨੂੰ ਦੇ ਕੇ ਆਏ ਸੀ? ਜੀ ਜੀ। ਇਹਨਾਂ ਦੇ ਦੋਨੇ ਬੇਟੇ ਕੰਮ ਕਰਦੇ ਨੇ, ਪਰਮ ਕੰਦੋਲਾ ਹਾਂਜੀ ਔਰ ਜਸ ਕੰਦੋਲਾ ਨਾਲ। ਉੱਥੇ ਕਿਹੜੀ ਲੋਕੇਸ਼ਨ ਤੇ ਤੁਸੀਂ ਪੈਸੇ ਦੇ ਕੇ ਆਏ ਸੀ? ਯਾਰਕ ਸੈਂਟਰ ਦੇ ਵਿੱਚ ਹੈਗੀ ਸੀਗੀ ਇਹਨਾਂ ਦੀ ਇੰਡੋ ਕੈਨੇਡੀਅਨ ਮਨੀ ਐਕਸਚੇਂਜ। ਠੀਕ ਜੀ। ਮੰਨ ਲਓ ਇਹਨਾਂ ਦਾ ਪ੍ਰੀ ਪਲਾਨ ਹੈ ਸੀਗਾ ਵੀ ਇਹ ਨਹੀਂ ਕਹਿ ਸਕਦੇ ਵੀ ਇਹ ਇੱਕ ਦਿਨ ਦਾ ਕੰਮ ਹੈ। ਕਿੰਨਾ ਟਾਈਮ ਹੋਇਆ ਤੁਹਾਨੂੰ ਪੈਸੇ ਦਿੱਤੇ ਹਨ ਜੀ? ਸਾਨੂੰ ਇਸ ਵੇਲੇ ਜੁਲਾਈ ਦੇ ਵਿੱਚ ਮੈਂ ਮਨੀ ਦਿੱਤੇ ਸੀਗੇ, ਅੱਜ ਦੇਖ ਲਓ ਵੀ ਹੁਣ ਜਨਵਰੀ ਆ ਗਏ। ਇਹਨਾਂ ਨੇ ਕਿਹਾ ਸੀ ਨਾ ਤੁਹਾਨੂੰ ਕਿ ਅਸੀਂ ਜਦੋਂ ਆਪਣਾ ਘਰ ਜਿਹੜਾ ਹੈਗਾ ਉਹ ਸੈਲ ਕਰ ਦਿਆਂਗੇ ਉਸ ਤੋਂ ਬਾਅਦ ਅਸੀਂ ਸਾਰੇ ਪੈਸੇ ਜਿਹੜੇ ਹੈਗੇ ਉਹ ਡਿਵਾਈਡ ਕਰ ਦਿਆਂਗੇ, ਰਾਈਟ? ਇਹਨਾਂ ਨੇ ਕਿਹਾ ਸੀ ਜੀ ਇਹ ਲਾਰੇ ਨੇ। ਇਹਨਾਂ ਨੇ ਮੇਨ ਮਕਸਦ ਆ, ਦੇਖੋ ਮੇਰੇ ਕੋਲ ਲਿਸਟ ਪਈ ਆ, 2.35 ਮਿਲੀਅਨ ਜਿਨ੍ਹਾਂ ਨੇ ਲੀਨ ਪਾਈ ਹੋਈ ਹੈ ਜਿਨ੍ਹਾਂ ਦੇ ਇਹਨਾਂ ਨੇ ਪੈਸੇ ਦੇਣੇ ਨੇ। ਵੀ ਇਹ ਸਿਰਫ ਉਹ ਲੋਕ ਨੇ ਜਿਨ੍ਹਾਂ ਨੇ ਡੋਰਾਂ ਦੇ ਪੈਸੇ ਲੈਣੇ ਨੇ, ਜਿਨ੍ਹਾਂ ਨੇ ਕੈਮਰਿਆਂ ਦੇ ਪੈਸੇ ਲੈਣੇ ਨੇ, ਜਿਨ੍ਹਾਂ ਨੇ ਇੱਥੇ ਕੰਮ ਕੀਤਾ। ਬਹੁਤ ਸਾਰੇ ਵਿੱਚ ਉਹ ਵੀ ਨੇ ਜਿਨ੍ਹਾਂ ਨੇ ਇਹਨਾਂ ਤੋਂ ਮਨੀ ਮੰਗਾਈ ਜਾਂ ਭੇਜ ਸਕੀ ਜੀ। ਪਰ ਜਦ ਇਹਨਾਂ ਦੇ ਨਹੀਂ ਮੋਲਨੇ ਤਾਂ ਸਾਡੇ ਕਿੱਥੋਂ ਦੇ ਦੇਣਗੇ? ਇਹ ਸਿਰਫ ਸਾਨੂੰ ਗੋਲੀ ਦਿੰਦੇ ਆ, ਮਨੀ ਨਹੀਂ ਇਹਨਾਂ ਨੇ ਦੇ ਰਹੀ ਸਾਨੂੰ, ਜਿੱਥੇ ਦਾ ਲੱਗਦਾ ਵੀ ਇਹਨਾਂ ਨੇ ਬੈਂਕ ਕਰਾਪਸੀ ਕਰਕੇ ਭੱਜਣਾ। ਕੁੱਲ ਕਿੰਨੀ ਕੁ ਰਕਮ ਤੁਹਾਡੇ ਦਿਮਾਗ ਦੇ ਮੁਤਾਬਕ ਲੋਕੀ ਹੁਣ ਤੁਸੀਂ ਕਈ ਮਿਲੇ ਹੋਵੋਗੇ ਲੋਕਾਂ ਨੂੰ? ਮੈਨੂੰ ਜਿੱਥੇ ਤੱਕ ਮੇਰਾ ਆਈਡੀਆ ਵੀ 3 ਤੋਂ 4 ਮਿਲੀਅਨ ਹੋਊਗਾ। 3 ਤੋਂ 4 ਮਿਲੀਅਨ ਕੈਨੇਡੀਅਨ ਡਾਲਰ? ਕੈਨੇਡੀਅਨ ਡਾਲਰ। ਤੁਹਾਡੇ ਕਿੰਨੇ ਆ? ਤੁਹਾਡੇ ਕਿੰਨੇ? ਮੇਰੇ ਆਪ ਦੇ 82,200 ਸਮਥਿੰਗ ਹੈ, ਮੈਂ ਤੁਹਾਨੂੰ ਦੇਖ ਕੇ ਦੱਸ ਦਿੰਦਾ। ਹਾਂਜੀ। ਬਾਕੀ ਜਿਹੜੀ ਲਿਸਟ ਹੈਗੀ ਜੀ ਇਹਦੇ ਅੰਦਰ ਕਿਸੇ ਦਾ 3 ਲੱਖ ਹੈ, ਕਿਸੇ ਦਾ 1.5 ਲੱਖ ਹੈ, ਕਿਸੇ ਦਾ 2 ਲੱਖ ਹੈ, ਕਿਸੇ ਦਾ 5 ਲੱਖ ਹੈ, ਤੇ ਆ ਤੇ ਉਹਨੇ ਜਿਨ੍ਹਾਂ ਨੇ ਲੀਨਸ ਪਾਈ ਆ ਸਾਨੂੰ ਫਿਗਰ ਅਸੀਂ ਕਢਾ ਸਕੇ ਆ। ਜਦੋਂ ਤੁਸੀਂ ਕੰਟੈਕਟ ਕਰਦੇ ਹੋ ਕੀ ਕਹਿੰਦਾ ਕੋ? ਕੁਝ ਨਹੀਂ ਜੀ, ਹੁਣ ਤਾਂ ਪਿਛਲੇ 1.5 ਮਹੀਨੇ ਤੋਂ ਫੋਨ ਚੁੱਕਣਾ ਹੀ ਨਹੀਂ, ਘਰ ਆਓਗੇ ਤੇ ਮਿਲਣਾ ਨਹੀਂ, ਤੇ ਉਹ ਜਦ ਬੰਦਾ ਗੱਲ ਹੀ ਨਹੀਂ ਕਰੇਗਾ ਤੇ ਕੀ ਹੋਗੇ? ਮਹੀਨੇ ਪਹਿਲੇ ਤੱਕ ਆਈ ਸੀਗਾ ਮੈਂ ਘਰ ਵੇਚ ਕੇ ਦਿਆਂਗਾ, ਫਿਰ ਜਦ ਅਸੀਂ ਹੋਰ ਪ੍ਰੈਸ਼ਰ ਪਾਇਆ ਘਰ ਤੁਹਾਨੂੰ 4 ਮਹੀਨੇ ਹੋ ਗਏ ਨੇ, ਤੁਹਾਡੇ ਰੈਲਟਰ ਨੇ MLS ਦੀ ਲਿਸਟਿੰਗ ਵੀ ਨਹੀਂ ਕੀਤੀ ਹੋਈ, ਤੁਸੀਂ ਘਰ ਵੇਚਣਾ ਹੀ ਨਹੀਂ ਹੈ, ਤੁਸੀਂ ਐਵੇਂ ਵੀ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ। ਤੁਸੀਂ ਦੇਖ ਰਹੇ ਨਾ ਲਿਸਟਿੰਗ ਵੀ ਨਹੀਂ ਕੀਤੀ। ਹਾਂ ਜੀ, ਸਿਰਫ ਰੈਲਟਰ ਦਾ ਬੋਰਡ ਲਾਇਆ, ਉਹ ਰੈਲਟਰ ਜੀ ਇਹਨਾਂ ਦੇ ਜਿਹੜਾ ਬੇਟਾ ਹੈਗਾ ਉਹਦਾ ਕੋਈ ਫਰੈਂਡ ਹੈਗਾ, ਉਹਦਾ ਬੋਰਡ ਤੰਗ ਕਰ ਲੋਕਾਂ ਨੂੰ ਪਾਗਲ ਬਣਾਉਣ ਲਈ ਕਿ ਵੀ ਅਸੀਂ ਘਰ ਵੇਚਣਾ ਹੈ, ਬਟ MLS ਦੀ ਕੋਈ ਲਿਸਟਿੰਗ ਨਹੀਂ ਹੈਗੀ। ਰੈਲਟਰ ਨਾਲ ਗੱਲ ਕਰੋ ਤੇ ਰੈਲਟਰ ਕਹਿੰਦਾ ਜੀ ਕੋਈ ਲਿਸਟਿੰਗ ਨਹੀਂ ਹੈਗੀ, ਹਾਲੇ ਕੋਈ ਵਿਚਾਰ ਨਹੀਂ ਹੈ ਵੇਚਣ ਦਾ, ਹਾਲੇ ਉਹਨਾਂ ਨੇ ਮਾਈਂਡ ਚੇਂਜ ਕਰ ਲਿਆ ਹੈ, ਜਾਂ ਇਸ ਤਰ੍ਹਾਂ ਦੀ ਕੋਈ ਵੀ ਸਟੋਰੀ ਸੁਣਾ ਦਿੰਦਾ। ਤੇ ਤੁਸੀਂ ਕੋਈ ਕਰ ਰਹੇ ਹੋ ਕਿ 5 ਲੱਖ 3 ਲੱਖ ਡਾਲਰ ਕਈ ਲੋਕਾਂ ਨੂੰ ਦੇਣ, ਤੁਹਾਡੀ ਉਹਨਾਂ ਨਾਲ ਵੀ ਗੱਲ ਹੋਈ ਹੈ ਜਿਹੜੇ ਲੋਕਾਂ ਨੇ ਇੰਨੇ ਜ਼ਿਆਦਾ? ਨਹੀਂ ਜੀ, ਕਿਉਂਕਿ ਮੇਰਾ ਉਹਨਾਂ ਨਾਲ ਕੋਈ ਸਾਨੂੰ ਕੋਈ ਕੰਟੈਕਟ ਇਨਫੋਰਮੇਸ਼ਨ ਨਹੀਂ ਹੈਗੀ, ਸਿਰਫ ਅਸੀਂ ਜੇ ਇਹਦੀ ਘਰ ਦੇ ਉੱਪਰ ਜਿਹੜੇ ਟਾਈਟਲ ਸਰਚ ਕਰਦੇ ਹਾਂ ਤਦ ਸਾਨੂੰ ਇਹ ਲਿਸਟ ਆਉਂਦੀ ਹੈ ਕਿ ਇਹਨਾਂ ਨੇ ਲੀਨਸ ਪਾਈਆਂ ਹੋਈਆਂ ਇਹਦੇ ਉੱਪਰ। ਤੁਸੀਂ ਪੁਲਿਸ ਕੋਲ ਗਏ ਆ? ਪੁਲਿਸ ਕੋਲ ਕੋਈ ਹੋਰ ਕਾਨੂੰਨੀ ਕਾਰਵਾਈ ਕੀਤੀ ਹੈ ਜੀ? ਪੁਲਿਸ ਕੋਲ ਆਲਰੇਡੀ ਰਿਪੋਰਟ ਹੈਗੀ ਹੈ ਜੀ। ਅਸੀਂ ਪੁਲਿਸ ਦੀ ਰਿਪੋਰਟ ਕੀਤੀ ਸੀਗੀ ਪਰ ਉਹਨਾਂ ਨੇ ਕੋਈ ਇਹਨਾਂ ਤੇ ਐਕਸ਼ਨ ਨਹੀਂ ਲਿਆ।
ਬਲਕਿ ਮੇਰਾ ਇਹ ਮੰਨਣਾ ਵੀ ਇਹ ਕੋਈ ਸਿਵਲ ਮੈਟਰ ਨਹੀਂ ਹੈਗਾ, ਇਹ ਫਰੋਡ ਕੇਸ ਆ ਜਿਹਦੇ ਤੇ ਪੁਲਿਸ ਬਹੁਤ ਸੋਹਣੀ ਕਾਰਵਾਈ ਪਾ ਸਕਦੀ। ਪਰ ਪੁਲਿਸ ਦਾ ਇਹ ਕਹਿਣਾ ਹੈਗਾ, ਮੇਰੀ ਅੱਜ ਉਹਨਾਂ ਨਾਲ ਗੱਲ ਹੋਈ ਕਿ ਇਹ ਸਿਵਲ ਮੈਟਰ ਆ, ਤੁਸੀਂ ਮਨੀ ਪੁਲਿਸ ਹੈ ਨਾ, ਇਹ ਕੋਈ ਇੱਦਾਂ ਦਾ ਟ੍ਰਾਂਜੈਕਸ਼ਨ ਸਿਸਟਮ ਨਹੀਂ ਹੈਗਾ ਜਿਹਦੀ ਕੋਈ ਰੈਗੂਲੇਟਰੀ ਬਾਡੀ ਹੈਗੀ ਆ। ਅੱਛਾ ਜੀ, ਤੁਸੀਂ ਇੱਕ ਚੀਜ਼ ਨੂੰ ਲੈ ਕੇ ਚੱਲੋ ਵੀ ਅਸੀਂ ਇੱਥੇ ਮਨੀ ਦਿੱਤੀ, ਇਹਨਾਂ ਨੇ ਸਾਨੂੰ ਮਨੀ ਦੇਣੀ ਹੁੰਦੀ ਆ, ਇਹ ਲੋਸ ਕਿੱਥੇ ਖੜਾ, ਸਾਨੂੰ ਇਹ ਪ੍ਰੂਫ ਕਰਨ, ਅਸੀਂ ਮੰਨ ਲਾਂਗੇ ਸਿਵਲ ਮੈਟਰ। ਪਰ ਭਾਜੀ ਇੱਕ ਸਵਾਲ ਇਹ ਵੀ ਆ, ਮੇਰੀ ਇੱਕ ਚਾਹ ਬੇਨਤੀ ਆ, ਪਹਿਲਾਂ ਖਤਮ ਹੋ ਲੈਣ ਦਿਓ। ਇਹਨਾਂ ਨੇ ਮਨੀ, ਇਹਨਾਂ ਦੀ ਟ੍ਰਿਪਲ ਵੀ ਟਰੈਕਿੰਗ ਆ, ਉਹਦੇ ਵਿੱਚ ਇਨਵੈਸਟ ਕੀਤੀ, ਔਰ ਇਹਨਾਂ ਦੀ ਨੌ ਜਿਹੜੀ ਆ ਖਾਲਸਾ ਕ੍ਰੈਡਿਟ ਯੂਨੀਅਨ 'ਚ ਲੱਗੀ ਹੋਈ ਆ ਜਿੱਥੇ ਇਹਨਾਂ ਦਾ ਅਕਾਊਂਟ ਸੀਗਾ। ਮੇਰਾ ਇਹ ਮੰਨਣਾ ਵੀ ਇਹਨਾਂ ਨੇ 99% ਘਬਰਾ ਦਿੱਤਾ। ਪਿਛਲੇ ਕੁਛ ਮਹੀਨੇ ਪਹਿਲਾਂ ਜਿਹੜੀ ਉਹਨਾਂ ਨਾਲ ਗੱਲ ਹੋਈ, ਕਹਿੰਦੇ ਅਸੀਂ ਤੁਹਾਨੂੰ ਦੇ ਦਿਆਂਗੇ ਸਾਰਿਆਂ ਨੂੰ, ਕਿਸੇ ਨੂੰ ਉਹਦੇ ਤੋਂ ਬਾਅਦ ਕਿਸੇ ਨੂੰ ਕੋਈ ਪੈਸਾ ਮਿਲਿਆ, ਜਿੰਨੇ ਕੁ ਮੇਰੀ ਨੌਲੇਜ ਆ ਉਹਨਾਂ ਚੋਂ ਹੁਣ ਦੱਸੋ ਵੀ ਸਾਡੀ ਲੀਗਲ ਮਨੀ ਨੀ ਦੇ ਰਹੇ, ਅਤੇ ਇੱਥੇ ਕੋਈ ਕਾਨੂੰਨ ਹੈ ਨਹੀਂ ਕਨੇਡਾ 'ਚ ਵੀ ਸਾਡੀ ਮਨੀ ਹੈ ਦਵਾ ਸਕਣ? ਅਸੀਂ ਐਮ ਪੀ ਐਮ ਐਲ ਏ ਵਗੈਰਾ ਇੱਥੇ ਜਿਹਨਾਂ ਨੂੰ ਚੁਣ ਕੇ ਮੂਹਰੇ ਲੈ ਕੇ ਆਉਂਦੇ ਹਾਂ ਕਿ ਇਹਨਾਂ ਦਾ ਸਾਡੇ ਅਸੀਂ ਵੋਟਾਂ ਪਾ ਕੇ ਦਿੰਦੇ ਨੇ ਕਿ ਨਹੀਂ ਬਣਦਾ ਇਹਨਾਂ ਦਾ ਫਰਜ਼ ਵੀ ਸਾਡੇ ਲਈ ਕਿ ਇਹ ਕੁਛ ਕਰਨ। ਇਹ ਅਮੀਰ ਬੰਦੇ ਨਾਲ ਸਾਰੇ ਹੈਗੇ ਆ, ਗਰੀਬਾਂ ਨਾਲ ਕੋਈ ਨਹੀਂ। ਓਕੇ, ਤੁਹਾਨੂੰ ਪਤਾ ਇੱਥੇ ਮਨੀ ਟ੍ਰਾਂਜੈਕਸ਼ਨ ਦੇ ਬਹੁਤ ਵਧੀਆ ਲੀਗਲ ਸਿਸਟਮ ਹੈਗਾ, ਵੈਸਟਰਨ ਯੂਨੀਅਨ ਹੈਗੇ, ਬੈਂਕ ਹੈਗੇ, ਤੁਸੀਂ ਵੈਸਟਰਨ ਯੂਨੀਅਨ ਇਹਨਾਂ ਦੇ ਥਰੂ ਹੀ ਪੈਸੇ ਕਿਉਂ ਭੇਜਦੇ ਆ? ਹਾਂਜੀ, ਕਾਰਨ ਹੈ ਉਹਦਾ ਕਿ ਜਿਹੜਾ ਮਾਤਰ ਬੰਦਾ ਥੋੜ੍ਹੇ ਪੈਸੇ ਕਮਾਉਣ ਵਾਲਾ ਉਹਨੂੰ ਹੁੰਦਾ ਵੀ ਯਾਰ ਇਹ ਸਾਨੂੰ ਡਾਲਰ ਜਾਂ 50 ਸੈਂਟ ਜ਼ਿਆਦਾ ਦਿੰਦੇ ਆ, ਵੈਸਟਰਨ ਯੂਨੀਅਨ ਕਨਵਰਜਨ ਰੇਟ ਜ਼ਿਆਦਾ ਦਿੰਦੇ ਆ। ਇਸ ਕਰਕੇ ਸਾਨੂੰ ਵੀ ਹੁੰਦਾ ਵੀ ਚੱਲ ਯਾਰ ਸਾਡੀ ਮਨੀ ਵੀ ਸੇਫ ਜਾ ਰਹੀ ਆ, ਅਸੀਂ ਲੀਗਲ ਭੇਜ ਰਹੇ ਹਾਂ ਡਰਾਫਟ ਰਾਹੀਂ, ਅਤੇ ਸਾਨੂੰ ਮਿਲ ਵੀ ਟਾਈਮ ਨਾਲ ਜਾਣੀ ਆ। ਸਰ, ਕਨਵਰਜਨ ਰੇਟ ਦਾ ਡਿਫਰੈਂਸ ਹੁੰਦਾ ਜੀ? ਕੋਈ ਫੀਸ ਨਹੀਂ ਹੁੰਦੀ, ਕਨਵਰਜਨ ਰੇਟ ਦਾ ਬੰਦੇ ਨੂੰ ਲਾਲਚ ਆ ਜਾਂਦਾ ਕਿ ਚਲੋ ਮੈਂ ਕਨਵਰਜਨ ਰੇਟ, ਮੈਨੂੰ ਥੋੜਾ ਜਿਹਾ ਫਾਲਤੂ ਮਿਲ ਜਾਵੇ। ਪਹਿਲਾਂ ਵੀ ਤੁਸੀਂ ਭੇਜ ਰਹੇ ਪੈਸੇ? ਹਾਂਜੀ, ਬਹੁਤ ਵਾਰੀ ਇਹਨਾਂ ਤੇ ਸਾਡਾ ਫੇਥ ਬਣਿਆ ਹੋਇਆ ਸੀ, 30 ਸਾਲ ਤੋਂ ਬਹੁਤ ਵਧੀਆ ਰਹੇ ਨੇ, ਪਰ ਇਹਨਾਂ ਨੇ ਜਦੋਂ ਹੁਣ ਆਹ ਨਹੀਂ ਮਿੱਥੀ ਸਾਜ਼ਿਸ਼, ਇਹਨਾਂ ਨੇ ਮੋੜੇ ਮੁੰਡਾ ਵੀ ਉੱਥੇ ਰੱਖਿਆ ਹੋਇਆ ਸੀ ਕੰਮ ਕਰਨ ਵਾਲਾ, ਇਹਨਾਂ ਦਾ ਪ੍ਰੀ ਪਲਾਨ ਸੀਗਾ। ਮਾਤਾ ਜੀ ਨੂੰ ਆਉਣ ਦਿਓਗੇ? ਮਾਤਾ ਜੀ ਤੁਹਾਡੇ ਹੀ ਪੈਸੇ ਆ ਜੀ? ਹਾਂਜੀ, ਕਿੰਨੇ ਪੈਸੇ ਤੁਹਾਡੇ ਜੀ? ਮੇਰੇ 8200। ਕਿੰਨੋਂ ਭੇਜਿਆ ਸੀ, ਕਦੋਂ ਭੇਜਿਆ ਸੀ? ਭੇਜੇ ਨੂੰ 7ਵੇਂ 6ਵੇਂ ਮਹੀਨੇ 'ਚ ਭੇਜੀ। ਕਿੰਨੋਂ ਭੇਜੇ? ਉੱਧਰ ਦਵਿੰਦਰ ਸਿੰਘ ਸਬਰਾ। ਨਹੀਂ, ਤੁਸੀਂ ਆਪਣੇ ਪਰਿਵਾਰ ਨੂੰ ਭੇਜੀ ਸੀ ਰਕਮ? ਹਾਂਜੀ, ਕਿੱਦਾਂ ਦੱਸੋ ਵੀ ਤੁਹਾਡੀ ਕੋਈ ਤੁਸੀਂ ਜੋਬ ਕਰਦੇ ਆ, ਪੈਨਸ਼ਨ ਸੀ ਕੀ? ਜੋਬ ਕਰਦੀ ਹਾਂ ਮੈਂ, ਤੇ ਹੁਣ ਉਹ ਦਿੰਦੇ ਨਹੀਂ, ਫੋਨ ਕਰਦੇ ਚੁੱਕਦੇ ਨਹੀਂ। ਪਰ ਜਦੋਂ ਸਾਰੇ ਲੋਕਾਂ ਨਾਲ ਇਕੱਠਾ ਫਰਾਡ ਹੁੰਦਾ, ਉਸ ਟਾਈਮ ਕਈ ਵਾਰੀ ਸਾਰੇ ਜਣੇ ਇਕੱਠੇ ਮਿਲ ਕੇ ਲਾਅ ਸੂਟ ਵੀ ਫਾਈਲ ਕਰਦੇ ਆ। ਕੀ ਤੁਸੀਂ ਉਸ ਬਾਰੇ ਦੇਖਿਆ ਕਿ ਤੁਸੀਂ ਲਾਅ ਸੂਟ ਫਾਈਲ ਕਰ ਸਕਦੇ ਹੋ? ਸਾਨੂੰ ਦੱਸਿਆ ਸੀ ਵੀ ਇਦਾਂ ਦਾ ਕਰਕੇ ਤੁਸੀਂ ਸਿਵਲ ਮੈਟਰ ਪਾ ਦਿਓ, ਪਰ ਅਸੀਂ ਜਦੋਂ ਉੱਥੇ ਗਏ ਉਹ ਕਹਿੰਦੇ ਕਿ ਤੁਸੀਂ ਬਾਏ ਲੋਅਰ ਜਾਓ, ਔਰ ਸਾਡੀ $8,000-9,000 ਹੈਗੀ ਆ, ਉਹ ਲੋਅਰ ਕੋਲ ਜਾਂਦੇ ਉਹ ਕਹਿੰਦਾ ਜੀ $20,000 ਲਊਗਾ। ਬਿਲਕੁਲ, ਹੁਣ 8,000-9,000 ਤਾਂ ਅਸੀਂ ਇੱਧਰ ਗਵਾ ਚੁੱਕੇ ਹਾਂ, 20,000 ਉਹਨੂੰ ਦੇਵਾਂਗੇ, ਫਿਰ ਉਹ ਗਰੰਟੀ ਕੋਈ ਨਹੀਂ ਲੈਂਦਾ ਵੀ ਪੈਸੇ ਦਵਾ ਦਾਂਗੇ।
ਅਸੀਂ ਤਾਂ ਦੋਨੇ ਪਾਸੇ ਗਏ, ਇੱਕ ਤਾਂ ਕੋਲੋਂ ਪਹਿਲੇ ਜਾ ਚੁੱਕੇ ਸਾਨੂੰ ਦੇਖ ਰਹੇ ਆ, ਦੂਜੇ ਸਾਡੇ ਮੋਹਰੇ ਮੈਣ ਦੇ ਚਾਂਸ ਨਹੀਂ, ਸਾਡੇ ਉਹ ਵੀ ਜੇਬ 'ਚ ਜਾਂਦੇ ਅਤੇ ਅਸੀਂ ਉੱਧਰ ਕਿੱਦਾਂ ਜਾਵਾਂਗੇ ਜਦੋਂ ਇਹ ਕਿਉਂਕਿ ਇਹਨਾਂ ਨੂੰ ਇਹ ਚੀਜ਼ ਦਾ ਪਤਾ ਭਲੀ ਪਾਉਣ। ਭਾਅ ਜੀ ਕਹਿੰਦੇ ਕਿ ਕੋਈ ਰੈਗੂਲੇਟਰੀ ਬਾਡੀ ਹੋਣੀ ਚਾਹੀਦੀ, ਇਹਨੂੰ ਕੋਈ ਟਰੈਕ ਕਰਨ ਵਾਲਾ ਸਿਸਟਮ ਨਹੀਂ ਹੈਗਾ, ਜਿਹੜਾ ਪੈਸੇ ਤੁਸੀਂ ਭੇਜਦੇ ਇਹਨੂੰ ਇਟ ਇਜ਼ ਅ ਪਾਰਟ ਆਫ ਮਨੀ ਲਾਂਡਰਿੰਗ ਐਸ ਵੈਲ, ਹੈ ਨਾ। ਤਾਂ ਅਸੀਂ ਸੋਚਦੇ ਹਾਂ ਕਿ ਕੋਈ ਸਿਸਟਮ ਹੋਣਾ ਚਾਹੀਦਾ ਆ ਜਿਹੜਾ ਇਹਨਾਂ ਦੀ ਬਾਗਡੋਰ ਸੰਭਾਲ ਸਕੇ, ਕੋਈ ਬਾਡੀ ਹੋਣੀ ਚਾਹੀਦੀ ਆ ਜੇ ਤੁਸੀਂ ਇਹਨਾਂ ਨੂੰ ਬਿਜ਼ਨਸ ਖੋਲ੍ਹਣ ਦਾ ਅਲਾਓ ਕੀਤਾ ਅਤੇ ਇਹਨਾਂ ਦਾ ਕੋਈ ਕੰਟਰੋਲ ਕਰਨ ਵਾਲਾ ਵੀ ਹੋਵੇ। ਬਿਲਕੁਲ ਜੀ, ਮੈਂ ਚਾਹੁੰਦਾ ਮੈਂ ਜੀ ਸਾਰੇ ਐਮ ਪੀ ਐਮ ਐਲ ਏ ਈਵਨ ਪ੍ਰਾਈਮ ਮਿਨਿਸਟਰ ਇੱਥੇ ਮੇਅਰ ਸਾਰਿਆਂ ਨੂੰ ਰਿਕੁਐਸਟ ਆ ਕਿ ਇਹਨਾਂ 'ਤੇ ਪਿੱਛੇ ਕੋਈ ਜ਼ਰੂਰ ਹੋਣਾ ਚਾਹੀਦਾ, ਕੋਈ ਲੀਗਲ ਐਕਸ਼ਨ ਜਿਹੜਾ ਇਹਨਾਂ 'ਤੇ ਇੱਦਾਂ ਦਾ ਹੋਣਾ ਚਾਹੀਦਾ ਵੀ ਅੱਜ ਸਾਡੇ ਨਾਲ ਹੋਈ ਆ, ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦੀ, ਕਿਉਂਕਿ ਅੱਗੇ ਐਵਰਸਪੋਰਟ ਤੋਂ ਵੀ ਇੱਕ ਭੱਜਿਆ ਸੀਗਾ, ਉਹ ਤੋਂ ਬਾਅਦ 'ਚੋਂ ਮੈਂ ਸੁਣਿਆ ਵੀ ਉਹਦੇ ਵਿੱਚ ਵੀ ਸ਼ਾਇਦ ਇਹਦਾ ਹਿੱਸਾ ਸੀ, ਮੈਨੂੰ ਪੱਕਾ ਨਹੀਂ ਪਰ ਮੈਨੂੰ ਲੱਗਦਾ। ਅਤੇ ਇਹ ਜਿਹੜਾ ਹੈ ਦੂਜੇ ਬਿਜ਼ਨਸਾਂ ਦੀ ਸਮਝ ਆਉਂਦੀ ਆ ਵੀ ਉਹਨਾਂ ਨੂੰ ਘਾਟਾ ਪੈ ਜਾਂਦਾ, ਇਹ ਮੈਨੂੰ ਦੱਸਣ ਵੀ ਇਹਦੇ ਵਿੱਚ ਘਾਟਾ ਕਿੱਦਾਂ ਪੈ ਜਾਂਦਾ। ਤੁਹਾਨੂੰ ਹੁਣ ਕੋਈ ਉਮੀਦ ਹੈਗੀ ਆ, ਤੁਸੀਂ ਸਾਰੇ ਪਾਸੇ ਟੱਕਰਾਂ ਮਾਰ ਲਿਆ, ਤੁਹਾਨੂੰ ਅੱਜ ਲੱਗਦਾ ਵੀ ਤੁਹਾਡੇ ਪੈਸੇ ਵਾਪਸ ਆਉਣਗੇ? ਮੈਨੂੰ ਜੀ ਚੈਨਲ ਆਪਣੇ ਮੀਡੀਆ ਵਾਲਿਆਂ 'ਤੇ ਬਹੁਤ ਉਮੀਦ ਆ ਵੀ ਜਿੱਦਾਂ ਇਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਆ ਵੀ ਹੋਰ ਹੋ ਸਕਦਾ ਇਹਨਾਂ ਨੂੰ ਦੇਖ ਕੇ ਕੋਈ ਸੱਚਾ ਬੰਦਾ ਸਾਡੇ ਲਈ ਖੜ੍ਹ ਜੇ, ਮੂਹਰੇ ਆ ਜਾਏ ਕੋਈ ਲੋਇਰ, ਮੂਹਰੇ ਆ ਜਾਏ, ਹੋ ਸਕਦਾ ਕੋਈ ਐਮ ਪੀ ਮੂਹਰੇ ਆ ਜਾਏ ਜਾਂ ਕੋਈ ਐਮ ਐਲ ਏ ਮੂਹਰੇ ਆ ਜਾਏ। ਤੁਸੀਂ ਅੱਜ ਪਹਿਲੀ ਵਾਰੀ ਅਜਿਹਾ ਪ੍ਰੋਟੈਸਟ ਕੀਤਾ ਆ, ਮੰਨ ਲਓ ਵੀ ਉਸ ਤੋਂ ਬਾਅਦ ਦੇ ਵਿੱਚ ਵੀ ਕਿਸੇ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ, ਤੁਸੀਂ ਫਿਊਚਰ ਦੇ ਵਿੱਚ ਵੀ ਹੋਰ ਪ੍ਰੋਟੈਸਟ ਕਰੋਗੇ ਇਹੋ ਜਿਹੇ ਇੱਥੇ ਬੈਠੋਗੇ ਜਾਂ ਇਹਦਾ ਮਕਸਦ ਕੀ ਆ? ਇਕੱਲਾ ਵੀ ਆ ਕੇ ਅੱਜ ਰਾਜੀ ਸੀ ਜੇ ਕੋਈ ਨਾ ਵੀ ਆਉਂਦਾ, ਅਤੇ ਮੈਂ ਆਪਣੇ ਹੱਕ ਲਈ ਰੋੜ ਮੋਰੇ ਖੜ੍ਹਨਾ ਪਸੰਦ ਕਰਦਾ। ਮੈਂ ਤਾਂ ਬਾਕੀਆਂ ਨੂੰ ਵੀ ਇਹੀ ਕਹਿੰਦਾ ਵੀ ਜੇ ਤੁਸੀਂ ਆਪਣੇ ਪੈਸੇ ਮਨੀ ਲੈਣ ਲਈ ਨਹੀਂ ਮੋਹਰੇ ਆ ਸਕਦੇ ਅਤੇ ਫਿਰ ਕੌਣ ਆਊਗਾ? ਤੁਸੀਂ ਦੂਜੇ ਵਾਲੇ ਕਿੱਦਾਂ ਖੜੂਗੇ? ਆਖਰੀ ਵਾਰ ਜੋ ਤੁਹਾਡੀ ਗੱਲ ਹੋਈ ਸਰ ਜੀ ਬੱਲਾ ਰਹੀ ਆ ਐਵਰੀ ਟਾਈਮ ਵਨ ਵੀਕ, ਉਹ ਤੋਂ ਬਾਅਦ ਚੋਂ ਹੁਣ ਮੈਂ ਜਦੋਂ ਆਇਆ ਇਹਨਾਂ ਨੇ ਗੇਟ ਹੀ ਨਹੀਂ ਡੋਰੀ ਨਹੀਂ ਮੋਸਟਲੀ ਇਹਨਾਂ ਦੀ ਟ੍ਰਿਪਲ ਵੀ ਟਰੈਕਿੰਗ ਆ, ਉੱਥੇ ਵੀ ਮੈਂ ਗਿਆ ਇੱਥੇ ਵੀ ਗਿਆ ਹਾਂਜੀ ਯਾਰ 'ਚ, ਅਤੇ ਉਹ ਵੀ ਉੱਥੇ ਮੈਨੂੰ ਦੋ ਬੰਦੇ ਮਿਲੇ, ਇੱਕ ਬਿਲਡਰ ਇੱਕ ਜਿਹੜਾ ਇਹਨਾਂ ਦੇ ਮਕੈਨਿਕ, ਉਹਨਾਂ ਦੇ ਪੈਸੇ ਵੀ ਨਹੀਂ ਮਿਲੇ, ਉਹਨਾਂ ਦੇ $8,000 ਬਿਲਡਰ ਦਾ ਦੇਣਾ ਹੈ ਇਸ ਵੇਲੇ ਟਰੱਕਿੰਗ ਨੇ ਤੁਹਾਡੀ ਉੱਤੇ ਟਰੱਕਿੰਗ ਤੇ ਕੀ ਗੱਲ ਹੋਈ ਸੀ? ਦੇ ਦਾਂਗੇ ਮਨੀ ਦੇ ਦਾਂਗੇ, ਉੱਥੇ ਤੁਹਾਨੂੰ ਖੁਦ ਮਿਲੇ ਸੀ ਮਾਲ ਜਿਹਨਾਂ ਨੇ ਪੈਸੇ ਖੁਦ? ਇਹਦਾ ਮੁੰਡਾ ਵੀ ਸਾਨੂੰ ਮੈਨੂੰ ਬਹੁਤ ਵਾਰੀ ਫੋਨ ਕੀਤਾ ਭਾਜੀ ਕਿਸੇ ਦੇ ਮਹਿਣਾ ਮਹਿਣ ਤੇਰੇ ਜੋੜ ਲਵਾਂਗੇ, ਮੈਂ ਕਿਹਾ ਵੀ ਮੇਰੇ ਮਹਿਣ ਮੈਨੂੰ ਉਦੋਂ ਮੁਬਾਰਕ ਆ ਜਦੋਂ ਬਾਕੀਆਂ ਦੇ ਦਿੰਦੇ, ਕਿਉਂਕਿ ਮੇਰੀ ਇਹ ਲੜਾਈ ਕੱਲੇ ਦੀ ਨਹੀਂ ਹੋਈ।